ਦੇਖੋ ਸਾਡੀਆਂ ਜਿਹੜੀਆਂ ਪੈਟਰੋਲਿੰਗ ਟੀਮਾਂ ਆ, ਆਹ ਹੁਣੇ ਗੱਲ ਚੱਲਦੀ ਸੀ, ਉਹ ਪਖਵਾੜੇ 'ਚ ਵੀ ਲੱਗੀ ਆ, ਜਲੰਧਰ ਸ਼ਹਿਰ 'ਚ ਵੀ ਸਾਡੀ ਗੱਡੀ ਘੁੰਮ ਰਹੀ ਆ। ਦੁਕਾਨਦਾਰ ਹਰ ਬੰਦਾ ਮੈਂ ਦੇਖਿਆ ਜਿਹੜਾ ਇਨਸਾਨ ਆ ਨਾ, ਇਹ ਕਹਿੰਦਾ ਕੁਛ ਆ, ਕਰਦਾ ਕੁਛ ਆ। ਆਹ ਪੈਟਰੋਲ ਪੰਪ ਯੂਨੀਅਨ ਨੇ ਸਾਰੀ ਨੇ ਕਾਲ ਦਿੱਤੀ ਆ ਵੀ ਪੈਟਰੋਲ ਪੰਪ ਬੰਦ ਰਹਿਣਗੇ, ਪਰ ਉਹ ਕਾਲ ਦੇਂਦੇ ਯਾਰ, ਇੱਦਾਂ ਸੋਚਦੇ ਦੁਕਾਨਦਾਰ, ਸੋਚਦੇ ਵੀ ਚਲੋ ਕਾਲ ਦੇ ਦਿੱਤੀ ਆ, ਕਾਲ ਦਾ ਸਮਰਥਨ ਆ, ਉੱਦਾਂ ਅਸੀਂ ਆਪਣੀ ਚੋਰ ਬਜ਼ਾਰੀ ਚਲਾਈਏ ਜੇ, ਕੰਮ ਚਲੀ ਕਰੀਏ ਜੇ। ਇੱਦਾਂ ਹੋਣੀ ਨਹੀਂ ਚਾਹੀਦੀ। ਜਿਹੜੀਆਂ ਮੈਂ ਆਪਣੀਆਂ ਦੁਕਾਨਾਂ ਖੁੱਲੀਆਂ ਆ, ਮੈਨੂੰ ਸ਼ਹਿਰ ਦੇ ਵਿੱਚੋਂ ਆਏ ਫੋਨ, ਆਲੂ ਵਾਲੀ ਸਾਹਿਬ ਦਾ ਵੀ ਆਇਆ ਫੋਨ ਆ ਵੀ ਦੁਕਾਨਾਂ ਦੇ ਕਿਰੋ, ਪ੍ਰਦੇਸੀ ਸਾਹਿਬ ਦਾ ਵੀ ਬਹੁਤ ਸਹਿਯੋਗ ਕਰ ਰਿਹਾ। ਕੱਲ ਵੀ ਉਹਨੇ 500 ਦੁਕਾਨ ਦੇ ਜਿਹੜੇ ਪ੍ਰਧਾਨ ਨੇ ਇਹ ਆਲੂ ਵਾਲੀਆ ਸਾਹਿਬ ਫਗਵਾੜਾ ਗੇਟ ਦੇ, ਤੇ ਪ੍ਰਦੇਸੀ ਸਾਹਿਬ ਨੇ ਕੱਲ ਜਾ ਕੇ ਮੀਟਿੰਗਾਂ ਕੱਲ ਵੀ ਸਾਡੀਆਂ ਕਰਾਈਆਂ, ਪਰਸੋਂ ਵੀ ਕਰਾਈਆਂ, ਖਬਰਾਂ ਵੀ ਲੱਗੀਆਂ। ਜੇ ਛੋਟਾ ਮੋਟਾ ਦੁਕਾਨਦਾਰ ਕੋਈ ਖੁੱਲ੍ਹਾ ਆ, ਉਹਨੂੰ ਬੰਦ ਕਰਾਉਣ ਜਾ ਰਿਹਾ, ਪਰ ਉਹ ਤੋਂ ਜਿਹੜੀ ਐਤਕੀ ਅਪੋਇੰਟਡ ਗੱਲ ਹੋਊਗੀ, ਉਹ ਇਹ ਹੋਊਗੀ ਅਸੀਂ ਮਕਟੋਨਰ ਬੰਦ ਕਰਾ ਕੇ ਆਏ ਹਾਂ, KFC ਬੰਦ ਕਰਾਵਾਂਗੇ, ਵੱਡੇ ਵੱਡੇ ਮਾਲ ਬੰਦ ਕਰਾਵਾਂਗੇ, ਧਰਨੇ 'ਚ ਪਵਾਂ ਕਹਿਤੀ ਘੱਟ ਬਹਿ ਲਈਏ, ਪਰ ਇਹਨਾਂ ਦੀਆਂ ਦੁਕਾਨਾਂ ਜਿਹੜੇ ਵੱਡੇ ਵੱਡੇ ਵਪਾਰੀ ਆ, ਜਿਹਨਾਂ ਨੇ ਛੋਟਾ ਦੁਕਾਨਦਾਰ ਬਰਬਾਦ ਕੀਤਾ, ਅੱਜ ਅਸੀਂ ਉਹ ਤੋਂ ਜ਼ਿਆਦਾ ਫੋਕਸ ਹੋ ਕੇ ਉਹਨੂੰ ਬੰਦ ਕਰਾ ਕੇ ਫਿਰ ਅਸੀਂ ਧਰਨਾ ਚਲਾਵਾਂਗੇ, ਕਿਉਂਕਿ ਇਹਨਾਂ ਲੋਕਾਂ ਨੇ ਲੁੱਟਿਆ ਤੇ ਕੁੱਟਿਆ, ਇੱਕ ਦੁਕਾਨ ਦਾ ਮਾਲ, ਇੱਕ ਦੁਕਾਨ ਤੇ 100 ਦੁਕਾਨ ਬਰਬਾਦ ਕਰਕੇ ਰੱਖਦੀ ਹੈ ਨੀ, 100 ਦੁਕਾਨਦਾਰ ਉਹ ਤੋਂ ਰੋਟੀ ਖਾ ਸਕਦਾ ਇੱਕ ਮਾਲ ਤੋਂ। ਅੱਜ ਇਹਦੇ ਸੰਬੰਧ ਵਿੱਚ ਸਾਰੀਆਂ ਪੈਟਰੋਲਿੰਗ ਟੀਮਾਂ ਲੱਗੀਆਂ, ਫਗਵਾੜੇ ਵੀ ਚੱਲਦੀ ਆ, ਜਡਿਆਲਾ ਨੂਰਮਹਿਲ ਫਲੋਰ 'ਚ ਵੀ ਚੱਲ ਰਹੀਆਂ ਟੀਮਾਂ, ਕਰਤਾਰਪੁਰ ਚੱਲ ਰਹੀਆਂ, ਇੱਧਰ ਆਦਮਪੁਰ ਚੰਡੂ ਸਗਾ ਸਾਰੇ ਪੂਰਾ ਜਾਣੀ, ਜਿੱਦਾਂ ਕੱਲ੍ਹ ਟੋਲ ਪਲਾਜ਼ੇ 3 ਘੰਟੇ ਫ੍ਰੀ ਰਿਹਾ ਸੀ, ਇਸੇ ਤਰ੍ਹਾਂ ਹੀ ਚੱਲ ਰਿਹਾ। ਸ਼ਾਂਤੀਪੁਰ ਬੜੇ ਪਿਆਰ ਦੇ ਨਾਲ ਦੁਕਾਨਾਂ ਬੰਦ ਕਰਾਈ ਜਾ ਰਹੇ, ਸ਼ਹਿਰ ਵੱਡਾ ਆ, ਗੱਡੀਆਂ 2 ਆ, ਫਿਰ ਵੀ ਘੁੰਮਣ ਨੂੰ ਟਾਈਮ ਲੱਗ ਜਾਂਦਾ, ਕੋਈ ਨਹੀਂ ਮਹਾਰਾਜ ਜੇ 2 ਘੰਟੇ ਕੋਈ, ਬਾਕੀ ਇਹ ਦੁਕਾਨਦਾਰ ਨੂੰ ਆਪ ਸੋਚ ਹੋਣੀ ਚਾਹੀਦੀ ਆ, ਕਿਉਂਕਿ ਜਦੋਂ ਆਵਾਜਾਈ ਬੰਦ ਹੋ ਗਈ, ਗਾਹਕ ਨੇ ਬਾਹਰੋਂ ਕਿੱਥੋਂ ਆਉਣਾ, ਤੁਹਾਡਾ ਗੁਆਂਢੀ ਕਿੰਨਾ ਕੁ ਲੈ ਕੇ ਖਾ ਲੂਗਾ, ਉਹਦਾ ਕੱਲ੍ਹ ਨੂੰ ਵੀ ਲੈ ਲੂਗਾ। ਜਿਹੜਾ ਮਾਰਕੀਟ ਹੁੰਦੀ ਆ ਉਹ ਬਾਹਰਲੇ ਸਿਰ ਤੇ ਚੱਲਦੀ ਸੀ, ਪਿੰਡਾਂ ਸਿਰ ਤੇ, ਉਹਦੇ ਗਾਹਕ ਨੇ ਬਾਹਰੋਂ ਆਉਣਾ ਹੁੰਦਾ। ਇਹ ਮੇਰੇ ਖਿਆਲ ਬਹੁਤ ਐਵੀਂ ਆਪਣੀ ਘੱਟ ਸੋਚਣੀ ਦੀ ਗੱਲ ਆ, ਸੋਚਣਾ ਇੱਦਾਂ ਚਾਹੀਦਾ ਵੀ ਅੱਜ ਤੁਸੀਂ ਕੱਲ੍ਹ ਜਾਂ ਬੰਦਾ ਰਾਸ਼ਨ ਲੈ ਗਿਆ, ਨਹੀਂ ਤਾਂ ਕੱਲ ਨੂੰ ਅਗਲੇ ਨਾਨਕੇ ਉਹ ਨਾ ਲੈ ਜਾਣਾ। ਹੋਰ ਜਿੰਨਾ ਚਾਹੀਦਾ ਪੁਆਇੰਟ ਤੋਂ ਗੱਲ ਕੀਤਾ ਤੁਸੀਂ ਹਾਈਵੇ, ਇੱਕ ਤਾਂ ਪੀਏਪੀ ਤੇ ਤੁਸੀਂ ਬੈਠੇ ਹੋ, ਇਸ ਤੋਂ ਇਲਾਵਾ ਇਧਰੋਂ ਕਰਤਾਰਪੁਰ ਬੰਦ ਆ ਸਾਡਾ ਜੀ, ਕਰਤਾਰਪੁਰ ਬੰਦ, ਉਧਰੋਂ ਫਲੋਰ ਬੰਦ ਆ, ਤੇ ਇਧਰੋਂ ਚੰਡੀਗੜ੍ਹ ਰੋਡ ਬਰਾਮ ਬੰਦ ਆ, ਮੋਰੇ ਨਵਾਂ ਸ਼ਹਿਰ ਲੰਘ ਕੇ ਉਹ ਗਾਹਾਂ ਮੋਰੇ ਬੰਦ ਆ। ਕਿਹੜੀ ਗੱਡੀਆਂ ਨੂੰ ਜਾਣਦੇ ਨੇ ਤੁਸੀਂ? ਗੱਡੀਆਂ ਸੀ ਜਿਹੜੇ, ਦੇਖੋ ਅਸੀਂ ਕਿਸੇ ਦੁੱਖੀ ਨਹੀਂ ਗਏ, ਅਸੀਂ ਖੁਸ਼ੀ ਤੇ ਗਮੀ ਦੋਹਾਂ ਨੂੰ ਛੋਟ ਆ, ਏਅਰਪੋਰਟ ਨੂੰ ਛੋਟ ਆ, ਤੇ ਮੈਡੀਕਲ ਜੇ ਕੋਈ ਐਮਰਜੈਂਸੀ ਆ ਉਹਨੂੰ ਨਹੀਂ ਰੋਕਦੇ। ਬੱਸ ਮੁਲਾਜ਼ਮਾਂ ਦਾ ਮਿਲਦਾ ਪਿਆ, ਕਿਉਂਕਿ ਉਹਨਾਂ ਨੇ ਵੀ ਤਾਂ ਬੱਸ ਮੁਲਾਜ਼ਮਾਂ ਦੀ ਹੜਤਾਲ ਆ, ਬੱਸਾਂ ਵੀ ਬੰਦ ਕਰਤੀਆਂ, ਤੁਹਾਨੂੰ ਦੱਸਿਆ ਉਹ ਇਹਦੇ ਵਿੱਚ ਥੋੜੀ ਸਾਨੂੰ ਪ੍ਰੋਬਲਮ ਜੇ ਦੇਖਣ 'ਚ ਆਈ ਆ। ਡਰਾਈਵਰ ਪੂਰੇ ਸਾਰੇ ਸਰਕਾਰੀ ਡਰਾਈਵਰ ਸਾਰੇ ਹੜਤਾਲ ਦੇ ਨੇ, ਕੰਡਕਟਰ ਹੜਤਾਲ ਦੇ ਨੇ, ਕਿਉਂਕਿ ਡਰਾਈਵਰਾਂ ਦੇ ਖਿਲਾਫ਼ ਜਿਹੜਾ ਬਹੁਤ ਮਾੜਾ ਕਾਨੂੰਨ ਸਰਕਾਰ ਨੇ ਲਿਆਂਦਾ। ਮੋਦੀ ਸਰਕਾਰ ਤਾਂ ਇਹ ਗੱਲ ਕਹਿੰਦੀ ਸੀ 15 ਲੱਖ ਤੁਹਾਡੇ ਖਾਤਿਆਂ 'ਚ ਪਾਵਾਂਗੇ, ਅੱਜ 15 ਲੱਖ ਖਾਤਿਆਂ 'ਚ ਪਾਉਣ ਦੀ ਬਜਾਏ ਅੱਜ ਮਜ਼ਦੂਰ ਦਾ ਲੱਕ ਤੋੜ ਤੇ ਹੋ। ਅੰਗਰੇਜ਼ ਕਮਲਾ ਨਾ ਸੀ, ਉਹਨੇ 8 ਘੰਟੇ ਦਿਹਾੜੀ ਬਣਾਈ ਸੀ, ਬਈ 8 ਘੰਟੇ ਬੰਦਾ ਕੰਮ ਕਰੂਗਾ, ਸਵੇਰੇ 2-3 ਘੰਟੇ ਬੰਦਾ ਉੱਠ ਕੇ ਆਪਣਾ ਨਾਸ਼ਤਾ ਕਰੂਗਾ, ਉਸ ਤੋਂ ਬਾਅਦ ਅਗਲਾ ਬੰਦਾ ਆਪਣੀ ਡਿਊਟੀ 'ਤੇ ਜਾਊਗਾ, ਡਿਊਟੀ 'ਤੇ ਜਾਣ ਤੋਂ ਬਾਅਦ ਸ਼ਾਮ ਨੂੰ ਆਣ ਕੇ ਅਗਲਾ ਫਰੈਸ਼ ਹੋ ਕੇ ਉਦੋਂ ਬਾਅਦ ਆਪਣਾ ਰੋਟੀ ਪਾਣੀ ਖਾ ਕੇ ਸੈਰ ਸਪਾਟਾ ਕਰਕੇ 10 ਮਿੰਟ ਬਹਿ ਕੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਫਿਰ ਉਦੋਂ ਬਾਅਦ 8 ਘੰਟੇ ਸੌਂਗਾ, 7-8 ਘੰਟੇ ਸੌਣ ਤੋਂ ਬਾਅਦ ਸਵੇਰੇ ਫਿਰ ਉਹੀ ਉੱਠ ਕੇ ਆਪਣਾ ਕੰਮ 'ਤੇ ਜਾਊਗਾ। 12 ਘੰਟੇ ਦਾ ਪੁੱਛਣਾ ਚਾਹੁੰਦੇ ਹਾਂ ਇਸ ਬੰਦੇ ਨੂੰ, ਕਿਉਂ ਇਹ ਬੰਦਾ ਛੜਾ ਆ, ਇਹਦਾ ਪਰਿਵਾਰ ਨਹੀਂ ਗਾ, ਇਹਨੂੰ ਤਾਂ ਮੇਰਾ ਪਰਿਵਾਰਾਂ ਦੇ ਵਿੱਚ ਕਿਵੇਂ ਅਸੀਂ ਵਿਚਰਨਾ, ਅਸੀਂ ਆਪਣੇ ਬੱਚਿਆਂ ਦਾ, ਅਸੀਂ ਆਪਣੇ ਪਰਿਵਾਰਾਂ ਦਾ ਹਾਲ ਚਾਲ ਪੁੱਛਣਾ, ਅਸੀਂ ਉਹਨਾਂ ਦੁੱਖ ਸੁੱਖ ਦੇਖਣਾ, ਇਹਨੂੰ ਕੀ ਆ ਆਇਆ 2 ਰੋਟੀਆਂ ਖਾਧੀਆਂ ਅਤੇ ਸੌਂ ਗਿਆ, ਬਾਕੀ ਇਹ ਲੋਕ ਹੈਨਾ, ਇਸ ਕਰਕੇ ਇਹਨੂੰ ਪਤਾ ਨਹੀਂ ਗਾ ਜਿਹੜਾ ਸਮਾਜ ਆ ਉਹ 'ਚ ਕਿਵੇਂ ਵਿਚਰਨਾ। ਇਹਦੀ ਬਹੁਤ ਘਟੀਆ ਸੋਚ ਦੇ ਮੁਤਾਬਕ ਇਹ ਫੈਸਲਾ ਲਿਆ ਆ, ਮਜ਼ਦੂਰ ਦਾ ਲੱਕ ਤੋੜਨ 'ਤੇ ਹੋ ਗਿਆ, ਡਰਾਈਵਰਾਂ ਨੂੰ 10 ਲੱਖ 10 ਸਾਲ ਦੀ ਸਜ਼ਾ, 7 ਲੱਖ ਰੁਪਇਆ ਜੁਰਮਾਨਾ, ਇਹ ਤੁੱਕ ਥੋੜ੍ਹੀ ਬਣਦੀ ਆ, ਇੱਦਾਂ ਦੇ ਕਾਨੂੰਨ ਲਿਆ ਰਿਹਾ। ਉੱਥੇ ਜੋ ਸ਼ੰਭੂ ਬਾਰਡਰ 'ਤੇ ਸਾਡੇ ਨਾਲ ਹੋ ਰਿਹਾ
ਉਹ ਤੁਸੀਂ ਸਾਰੇ ਬਲਟ ਨੇ ਦੇਖ ਹੀ ਲਿਆ, ਸਾਰੇ ਬਲਟ ਦੇ ਵਿੱਚ ਖਬਰ ਫੈਲੀ ਆ ਵੀ ਕਿੱਦਾਂ ਉਹਦੇ ਗੋਲੀਆਂ ਭਾਵਾਂ ਰਬੜ ਦੀਆਂ ਗੋਲੀਆਂ ਉਹਨਾਂ ਬੜੀ ਸੱਟ ਲੱਗਦੀ ਆ, ਬਹੁਤ ਬੰਦੇ ਸਾਡੇ ਫੱਟਰ ਹੋਏ ਨੇ, ਬੜਾ ਨੁਕਸਾਨ ਹੋ ਰਿਹਾ ਆ। ਇਸ ਕਰਕੇ ਇਹ ਸਰਕਾਰ ਨੂੰ ਤਾੜਨਾ ਕਰਨੀ ਚਾਹੁੰਦੇ ਹਾਂ। ਇਸ ਤਰ੍ਹਾਂ ਹੈਟਰਾ ਵਰਗਾ ਕਾਨੂੰਨ ਇੱਥੇ ਲਾਗੂ ਨਹੀਂ ਹੋਣਾ, ਇਹ ਨਹੀਂ ਤੇਰੀ ਗੱਲ ਚੱਲਣੀ। ਤੂੰ ਇਹਨੂੰ ਜਿਵੇਂ ਲੋਕ ਚਾਹੁੰਦੇ ਨੇ ਲੋਕ ਪ੍ਰਕਿਰਿਆ ਦੇ ਮੁਤਾਬਕ ਹੀ ਚੱਲ, ਤਾਂ ਲੋਕਾਂ ਨੂੰ ਤੈਨੂੰ ਟਿਕਣ ਦੇਣਾ ਨਹੀਂ। ਹੁਣ ਤੂੰ 2024 ਦੀਆਂ ਚੋਣਾਂ ਦੇ ਵਿੱਚ ਤੈਨੂੰ ਲੋਕਾਂ ਨੇ ਦੱਸ ਦੇਣਾ ਵੀ ਤੂੰ ਕੀ, ਤੂੰ ਧਰਮ ਦੇ ਰਾਹ 'ਤੇ ਸਿਆਸਤ ਕਰ ਰਿਹਾ, ਧਰਮ ਦੇ ਨਾਂ 'ਤੇ ਸਿਆਸਤ ਨਹੀਂ ਚੱਲਣੀ। ਲੋਕਾਂ ਨੂੰ ਤੈਨੂੰ ਦੱਸ ਦੇਣਾ ਕਿਵੇਂ ਲੋਕਾਂ ਨੇ ਤੈਨੂੰ ਬਣਾਇਆ ਅਤੇ ਕਿਵੇਂ ਲੋਕ ਤੈਨੂੰ ਲਾਉਣਗੇ।